ஓஹம் சக்கல் ஜோஹா ஓ தரியம் நுடிதி தாதி தே ஃபர்த் நிபே சாம தரி பாபா மதத் கரே சா ஓஹம் சக்கல் ஜோஹா ஓ தரியம் நுடிதி தாதி தே ஃபர்த் நிபே சாம தரி பாபா மதத் கரே சா ஹம் சக்கல் ஜோஹா ஓ தரியம் நுடிதி தரி பாபா மதத் கரே சா முசாஃபிர் பாபா அலாசி பாபே தே கரீப சபர் படேந்தன் இமாம் ஹுசைன் பாதிஷா சபர் படேந்தன் தஸ் தாமீ தஃல் கியா ஹை ஓ தஸ் தாமீ தஃல் கியா ஹை ஓ கோய் தாஃலே தா சவாலி ஹோவே தோ ஹிக் கோ மேரே தோ தாஃலே தா சவார பந்தா ஹலாலி ஹோவே ஹை ஜாரீ பாகிஸ்தான் சல்வாத் சாரே மோமினு சொல்ல காஃபி மோமின் ஜமோ சல்வாத் பண்ணா அசீம் இபாதத்தே சாரே மோமின் இபாதத்தே ஷாமில் ஓ ஜவான்லால் சல்வாத் நாரே தக்பீர் ஓ ஜவான்லால் நாரே தக்பீர் நாரே ரிசாலத் நாரே ரிசாலத் நாரே ஹைதரி இன்னை சாரே மவாலி சஜா ஹாத் பலந்த கர்கே நாரே ஹைதரி சல்வாத் சாரே மோமின் பா ஜமாத் உச்சேவான் சப்த பேலே துவா ஹே சையத் ஓன் தி சையத் இச் ஜித்தனை மோமின் மஜலே சே ஹுசைன் ட்ரோயோ மாலிக் ட்ரோயோ கபூல் ஃபர்மாவே பானி அந்த சஃபே மாத்தம் விச்சாயா மாலிக் அப்படி பார்காஷ் கபூல் ஃபர்மாவே ஜித்தனை மோமின் மே ஔலாதின் சத்கா மேரி சேன் துடுடி ஜோலிதா மாலிக் ஹையா தெல புத்ரதா ஜித்தனை மோமின் பெரிஸ்கின் மாலிக் ஹக் ஹலால் தா ரிஸ்க் அதா ஃபர்மாவே ஜித்தனை மோமின் பரேஷானின் மாலிக் பரேஷானியாக தூர் ஃபர்மாவே ஜித்தனை மோமின் பேண் தி பிரா தி நகரி வாஸ்தே சிக்கதன் மாலிக் ஜல் பேண் தி பிரா தி நகரி வந்து ஆஹரி துவா மோஹண்டி துவா இத்தனை மஜ்மே சோ மை நீ ஜானதா சௌடா ஜானதன் முகம்மல் துவா துசா படி மர்ஜி நால் அமீன் ஆக்கி அகர் இந்துவா தி கே மோமின் ஜான் கே அமீன் ஆக்கி மேர தில் துக்சி அல்லா இத்தனை தக் கே மோமின் கு மௌத் ந டேவே ஜித்தனை தக் சௌடா ராஜி ந ஹோ ایک سلوات پڑھو میں ذکر پاک شروع کروں اجازت ہے بابا مجلس حسین مجلس شبیر جتنے مومن ٹران دین پند کر کے کاروبار چھوڑ کے ذکر چانن او ذکر سنن وی آنن اتنا پند کر کے اتنی گرمی چ ਨਾ ਕੋਈ ਚੁੱਪ ਕਰਨ ਆਉਂਦੇ ਅਤੇ ਨਾ ਕੋਈ ਇਮਤਿਹਾਨ ਗਿਣਨ ਆਉਂਦੇ ਔਰ ਜ਼ਰੂਰੀ ਨਹੀਂ ਜੋ ਹਰ ਬੰਦਾ ਮੇਰੀ ਵਾਰੀ ਬੋਲੇ ਤਾਂ ਮੈਂ ਅੱਖਾਂ ਜ਼ਿਕਰ ਸੁਣਨ ਆਇਓ ਅਗਰ ਮੇਰੀ ਵਾਰੀ ਨਾ ਬੋਲੋ ਤਾਂ ਮੈਂ ਅੱਖਾਂ ਜ਼ਿਕਰ ਸੁਣਨ ਨਹੀਂ ਵੀ ਆਇਆ ਐ ਜ਼ਿਕਰ ਸੁਣਨੋ ਸ਼ਾਮ ਤੱਕ ਜ਼ਿਕਰ ਪਾਕ ਰਾਵਣੇ ਕਹਿਣ ਨਾ ਕਹਿਣ ਜ਼ਾਕਿਰ ਦੀ ਵਾਰੀ ਤੇਰੀ ਅੱਖ 'ਤੇ ਔਰ ਤੇਰੀ ਜ਼ੁਬਾਨ 'ਤੇ ਮੋਹਰ ਲਗ ਸੀ ਜ਼ਰੂਰ ਕੋਈ ਬੰਦਾ ਸ਼ਾਮ ਵੇਲੇ ਘਰ ਖਾਲੀ ਨਾ ਵੈਸੀ ਔਰ ਇਤਨਾ ਮੈਂ ਹਰ ਮਜਲੇ ਸੀ ਚਾਹਦਾ ਜਿਤਨੇ ਤੱਕ ਮੇਰੀ ਜ਼ਿੰਦਗੀ ਹੈ
ਜ਼ਿਕਰ ਮੇਰੇ ਨਸੀਬ 'ਚ ਹੈ, ਸੱਚਾਂ ਦੇ ਮੈਂਬਰ 'ਤੇ ਖੜ ਕੇ ਆਦਰਾਂ ਨਾ ਹੈ। ਜ਼ਿਕਰ ਨਾ ਜ਼ਿਆਦੇ ਮਜਮੇ ਨਾਲ ਹੈ, ਨਾ ਜ਼ਿਆਦੀ ਦੌਲਤ ਨਾਲ ਹੈ, ਨਾ ਜ਼ਿਆਦੇ ਟਾਈਮ ਨਾਲ ਹੈ। ਮੈਂਬਰ 'ਤੇ ਖੜਾਂ ਅਤੇ ਉੱਚੇ ਆਵਾਜ਼ ਨਾਲ ਖੜਾ ਦਾਂ ਜਿਵੇਂ ਅੱਲਾਹ ਦੀ ਨਮਾਜ਼ ਨੀਅਤ ਨਾਲ ਹੈ, ਹੁਸੈਨ ਦਾ ਜ਼ਿਕਰ ਵੀ ਨੀਅਤ ਨਾਲ। ਮਦੀਨੇ ਵਾਲੇ ਵਡੇਲੇ 'ਚ ਪਾ ਲੈਣ, ਆਉਣ ਵਾਲੇ ਬੰਦੇ ਦੀ ਨੀਅਤ ਵੇਦਨ ਹਸੀਅਤ ਨਹੀਂ। ਇਤਨੇ ਪਿੰਡਾਲ 'ਚੋਂ ਜ਼ਿਆਦਾ ਨਹੀਂ, ਫਕਤ ਪੰਜ ਚਿੱਟੀ ਦਾੜੀ ਵਾਲੇ ਮੋਮਿਨ ਮੁਹੱਬਤ ਨਾਲ ਦੁਆ ਕਰਨ, ਮੈਂ ਸੱਯਦ ਆਵਣ ਦਾ ਮਕਸਦ ਪੂਰਾ ਥੀ। ਇਹ ਕਬਰ ਹੈ ਹੁਸੈਨ, ਮੈਂਬਰ ਸਮਝੇ ਹੱਥ ਰੱਖੀ ਖੜਾ, ਕਬਰ ਹੈ ਹੁਸੈਨ ਸਮਝੇ ਹੱਥ ਰੱਖੀ ਖੜਾ। ਕੋਈ ਝਿੱਕੇਲੇ ਜੇ ਨਾਲ ਨਾ ਖੜਾ ਦਾ, ਉੱਚੇ ਵਾਹ ਨਾਲ ਖੜਾ ਦਾਂ, ਕਬਰ ਹੈ ਹੁਸੈਨ 'ਤੇ ਹੱਥ ਰੱਖ ਕੇ ਦਾ ਪੀਆਂ, ਝੂਠ ਬੋਲਾਂ 14 ਸਜ਼ਾ ਦੇਵੇਂ ਅਤੇ ਜਾਖੀ ਦੇ ਸਾਹਮਣੇ ਦੇਵੇਂ। ਕਬਰ ਏ ਹੁਸੈਨ ਤੇ ਸੈਯਦ ਹੱਥ ਰੱਖ ਕੇ ਆਦਾ ਪਈ, ਮੇਰਾ ਮੌਲਾ ਹੁਸੈਨ ਫਰਮੈਂਦੇ, ਜਿਹੜਾ ਮੋਮਿਨ ਮੇਰੇ ਬਾਬੇ ਦੇ ਰਿਤੇ ਫਰਮਾਨ ਤੇ ਅਮਲ ਕਰਦੇ ਤੇ ਆ ਕੇ ਮੇਰੀ ਮਜਲਿਸ 'ਚ ਬੋਲੇਂਦੇ, ਮੈਂ ਹੁਸੈਨ ਵਾਦਾ ਪਿਆ ਕਰਨ। ਉਹ ਬੰਦਾ ਕਬਰ 'ਚ ਨੂੰ ਬੋਲੇ ਸੀ, ਕਬਰ 'ਚ ਮੇਰਾ ਬਾਬਾ ਅਲੀ ਬੋਲੇ ਸੀ। ਇਤਨੀ ਗਰਮੀ ਦੇ ਵਿੱਚ ਤੋਰਾ ਬਾਹ ਮਿਲਣਾ ਵੀ ਇਬਾਦਤ ਹੈ, ਤੁਹਾਡਾ ਸਾਹ ਗਿਣਨਾ ਵੀ ਇਬਾਦਤ ਹੈ। ਬਹੁਤ ਇੱਜ਼ਤ ਅਲਵੀਰ, ਮੈਂ ਤੂੰ ਪਹਿਲੇ ਮੇਰੇ ਪੜ੍ਹ ਗਏ ਬਈ ਗਜੂਰ ਬਈ ਅਲੀ ਰਜ਼ਾ ਮਾਲਿਕ ਨਾ ਦੀ ਜ਼ਿੰਦਗੀ ਕਰੇ, ਔਰ ਮੇਰੇ ਬਾਅਦ ਪੜ੍ਹਨੇ ਵੀ ਇਹਨੇ, ਜ਼ਿਕਰ ਸ਼ਾਮ ਤੱਕ ਜਾਰੀ ਰਹਿਣੇ। ਬਸ ਮੈਂ ਗੱਲ ਸ਼ੁਰੂ ਕਰਾਂ ਬਾਬਾ, ਮੈਦਾਨ ਏ ਮੁਬਾਲਕ ਕਿਤਨੇ ਗਏ ਬੋਲੋ? ਪੰਜ ਗਏ ਉਸ ਮੈਦਾਨ ਵਿੱਚ, ਸੱਚੇ ਉਸ ਮੈਦਾਨ 'ਚ ਗਏ। ਕੁਝ ਲੋਕਾਂ ਕੋ ਪਤਾ ਲੱਗਾ ਬਾਬਾ ਜੀ ਜੋ ਤਲਵਾਰ ਦੀ ਜੰਗ ਨਹੀਂ, ਗੱਲ ਹੈ ਸੱਚਾਂ ਦੀ। ਜੇ ਚਲੋ ਸੱਚਾਂ 'ਚ ਅਸਾਂ ਹੀ ਸ਼ਾਮਿਲ ਥੀ ਵਞੂੰ, ਜੋ ਸਾਰੀ ਜ਼ਿੰਦਗੀ ਅਸਾਂ ਵੀ ਸੱਚੇ ਸਦੀਂਦੇ ਰਹਾਂ। ਔਖਾ ਜਿਹਾ ਦੌਰੇ ਨਾ, ਮੈਂ ਉਹਨਾਂ ਦਾ ਨਹੀਂ ਚਾਹਣਾ ਜੋ ਉਹਨਾਂ ਦੇ ਨਾਂ ਚਾਵਣ ਨਾਲ ਬੰਦਾ ਢਕੀ ਵੈਂਦੇ ਅਤੇ ਗਰਮੀ ਡਾਢੀ ਹੈ। ਮੇਰਾ ਢਕੀਵਣ ਵਾਲਾ ਪ੍ਰੋਗਰਾਮ ਕੋਈ ਨਹੀਂ, ਪੱਖਾ ਹੀ ਕੋ ਲੱਗਾ ਹੋਏ, ਪੱਖੇ ਦਾ ਝਗੜਾ ਤਾਂ ਰਹੇ ਅਸੀਂ। ਹਾਂ, ਇੱਕ ਸਲਵਾਤ ਪੜੋ ਸਾਰੇ ਮੋਮਿਨ ਚਵਾਂ। ਵੱਧ ਵੀ ਇੱਕ ਸਲਵਾਤ ਪੜੋ ਸਾਰੇ ਮੋਮਿਨ ਚਵਾਂ। ਗਰਮੀ ਹੈ ਲੇਕਿਨ ਅਸਾਂ ਜਿਹਦੇ ਮੰਨਣ ਵਾਲੇ ਹੈ ਨਾ, ਉਹ ਫਰਮੈਂਦਾ ਪੀ ਇਹ ਮੈਂ ਕੁਹਾੜ ਦੇ ਰੋਜ਼ੇ ਪਸੰਦ ਹੈ। ਬਾਬਾ ਜੀ ਜਿਹੜੀ ਇਬਾਦਤ ਦੇ ਵਿੱਚ ਜਿਤਨਾ ਇਮਤਿਹਾਨ ਹੋ ਸੀ ਨਾ, ਉਹਦਾ ਉਤਨਾ ਸਵਾਬ ਜ਼ਿਆਦਾ ਹੋ ਸੀ। ਅਗਰ ਮੇਰੇ ਵੱਸ ਹੁੰਦਾ ਤਾਂ ਮੈਂ ਦੂਤਰੇ ਪੱਖੇ ਉੱਥੋਂ ਗਿੱਧੀ ਜਾਂਦਾ, ਮੈਂ ਤਾਂ ਗੁਲਾ ਲੈਂਦਾ। ਇੱਕ ਸਲਵਾਤ ਪੜੋ ਸਾਰੇ ਮੋਮਿਨ ਚਵਾਂ। ਮੇਰਾ ਰੂਹ ਇਵੇਂ ਬਈ ਉਹ ਇੱਕੋ ਪੱਖੇ ਇੱਕ ਬੰਦ ਚ ਕਰੋ, ਇਹ ਬੰਦ ਥੀ ਵੇ ਸੀ ਨਾ ਤੇ ਇਹ ਵੀ ਰਾਜ਼ੀ ਤੇ ਉਹ ਵੀ ਰਾਜ਼ੀ। ਹਾਂ, ਬਜ਼ੁਰਗ ਆਦੇ ਰਹਿੰਦੇ ਨੇ ਵੀ ਜਿਹੜੇ ਸ਼ਹਿਰ 'ਚ ਸਿਆਸੀ ਢੇਰ ਥੀ ਵਜੇ ਉਹ ਸ਼ਹਿਰ ਛੋੜ ਦਿੱਤਾ ਕਰੋ, ਜੋ ਤਾਂ ਸ਼ਰ ਰਹੇ ਵੇ ਸੀ। ਮੇਰੇ ਆਲਾ ਬੰਦ ਕਰੇਂਦੇ ਹੋ ਤਾਂ ਕਰੋ, ਚਾ ਮੇਰਾ ਕੋਈ ਇਤਰਾਜ਼ ਕੋਈ ਨਹੀਂ। ਇੱਕ ਸਲਵਾਤ ਪੜੋ ਸਾਰੇ ਮੋਮਿਨ ਚਵਾਂ। ਤਵਜੋ ਹੈ ਬਾਬਾ, ਹੁਣ ਮੇਰੇ ਪਾਸੇ ਤਵਜੋ ਰੱਖਿਆ ਅੱਲਾ ਵਾਸਤੇ। ਕਿਤਨੇ ਗਏ ਬਾਬਾ? ਪੰਜ। ਸੱਚੇ ਉਸ ਮੈਦਾਨ 'ਚ ਗਏ, ਉਹ ਵੀ ਲੋਕ ਤਿਆਰੀ ਕਰਕੇ ਸਰਕਾਰ ਦੇ ਕੋਲ ਆ ਖੜੇ ਵੀ ਅਸਾਂ ਹੀ ਸਰਕਾਰ ਨਾਲ ਜੁਲਣੇ। ਮੈਂ ਨਾ ਪਹਿਲੇ ਆਖੇ ਵੀ ਮੈਂ ਉਹਨਾਂ ਦਾ ਨਹੀਂ ਚਾਹਣਾ, ਜੋ ਔਖਾ ਜਾਂਦਾ ਉਹਰੇ ਗਰਮੀ ਡਾਢੀ ਹੈ ਅਤੇ ਉਹਨਾਂ ਦੇ ਨਾਂ ਚਾਵਣ ਨਾਲ ਬੰਦਾ ਢਕੀ ਵੈਂਦੇ ਅਤੇ ਮੇਰਾ ਢਕੀਵਣ ਵਾਲਾ ਪ੍ਰੋਗਰਾਮ ਹਾਲੇ ਕੋਈ ਨਹੀਂ। ਦਰਜਾਤ ਬੁਲੰਦ ਹੋਵੇ ਰਾਕਟ ਸਾਹਿਬ ਦੇ, ਉਹ ਆਦਰਾਂ ਦਾ ਮੋਮਨੋ ਤੁਸਾਂ ਲਾਨਤ ਕਰ ਦਿੱਤੀ ਕਰੋ, ਲਾਨਤ ਕੋ ਪੱਤੇ ਜੋ ਮੇਰੇ ਪੇਕੇ ਕਿੱਥਾ ਰਹਿਣ। ਉਹ ਵੀ ਤਿਆਰੀ ਕਰਕੇ ਸਰਕਾਰ ਦੇ ਕੋਲ ਆਏ,
ਸਰਕਾਰ ਅਸਾਂ ਨਾਲ ਚੱਲਣੇ, ਸਰਕਾਰ ਫਰਮਾਇ ਅੱਲਾ ਦਾ ਹੁਕਮ ਹੈ ਉਸ ਮੈਦਾਨ 'ਚ ਵੰਜਣਾ ਸੱਚਾ ਹੈ। ਉਹਨਾਂ ਕਿ ਸਾਈਂ ਅਸਾਂ ਵੀ ਹੈ ਤਾਂ ਸੱਚੇ। ਸਰਕਾਰ ਥੋੜ੍ਹੇ ਜਿਹੇ ਮੁਸਕਰਾਉਣੇ ਅਤੇ ਇਹਨਾਂ ਦੇ ਮੂੰਹ ਤੋਂ ਰੇਖਿਆ ਦੇ, ਜਿਹੜੇ ਤੁਸੀਂ ਸੱਚੇ ਹੋ ਉਹ ਮੈਂ ਵੀ ਜਾਣਦਾ ਅਤੇ ਉਹ ਵੀ ਜਾਣਦਾ, ਅਤੇ ਤੁਸੀਂ ਤਿਆਰੀ ਕਰਕੇ ਆਏ ਹੋ ਅਤੇ ਮੈਂ ਤੁਹਾਡੀ ਤਿਆਰੀ ਕੈਂਸਲ ਨਾ ਕਰਵਾਉਂਦਾ, ਮੈਂ ਉਹਦੇ ਕੋਲੋਂ ਮਨਵੈਂਦਾ, ਮੈਂ ਤੋਂ ਕੁਨਾਲ ਲੈ ਵੈਂਦਾ, ਜਿਵੇਂ ਉਹ ਆਖੇ ਉਵੇਂ ਮੈਂ ਕਰਦਾ, ਜਿਵੇਂ ਮੈਂ ਆਖਾਂ ਉਵੇਂ ਉਹ ਕਰਦੇ, ਮੈਂ ਉਹਦੇ ਕੋਲੋਂ ਮਨਵੈਂਦਾ, ਮੈਂ ਤੋਂ ਕੁਨਾਲ ਗਿਣ ਵੈਂਦਾ। ਅਗਰ ਇਸ਼ਾਰੇ ਦੀ ਕਦਰ ਕਰਦੇ ਤਾਂ ਮੈਂ ਇੱਕ ਇਸ਼ਾਰਾ ਆਖਣੇ ਹੱਕਦਾਰ ਹੋਵਾਂ ਤਾਂ ਸਈਦ ਦੇ ਹੱਕ ਦੀ ਦੁਆ ਜ਼ਰੂਰ ਕਰ ਛੋੜੇ, ਜਿਹੜਾ ਕਹਿੰਦਾ ਮੈਂ ਉਹਦੇ ਕੋਲੋਂ ਮਨਵੈਂਦਾ, ਮੈਂ ਤੋਂ ਕੁਨਾਲ ਗਿਣ ਵੈਂਦਾ, ਹੀ ਕੁਛੀ ਜਿਹੀ ਕਦਰ ਲੱਭਣਾ ਸਾਹਮਣੇ ਆ ਕੇ ਹੱਥ ਬਣ ਗਿਆ ਦੇ ਸਹੀ ਜ਼ਰੂਰ ਮਨਵਾਓ, ਜਿੱਥਾ ਸਾ ਨਹੀਂ ਮੰਨਣਾ ਚਾਹੁੰਦੇ ਉਹ ਤਾਂ ਗਿਣ ਵੈਂਦੇ ਹੋ। ਅਤੇ ਜਿੱਥਾ ਅਸਾਂ ਮੰਨਣਾ ਚਾਹੁੰਦੇ ਉੱਥਾਂ ਨਾਲ ਨੇਂਦੇ ਨਹੀਂ ਵੇ। ਸਰਕਾਰ ਫਰਮਾਇ ਉਬਾਲਿਆਂ ਤਿਆਰੀਆਂ ਨਾ ਕਰੋ, ਮੈਂ ਉਹਦੇ ਕੋਲੋਂ ਮਨਵੈਸੇ ਸਹੀ, ਉਹ ਮੰਨ ਨਹੀਂ ਵੈਸੀ, ਮੈਂ ਗਿਣ ਨਹੀਂ ਵੈਸਾਂ, ਅਤੇ ਮੈਂ ਮੁਹੰਮਦ ਦੀ ਗੱਲ ਤੁਸੀਂ ਯਾਦ ਰੱਖਿਆ ਉਹ ਤੂੰ ਵਾਪਸ ਜ਼ਿੰਦਾ ਓਵਲ ਸੀ, ਜੇ ਪੂਰੀ ਜ਼ਿੰਦਗੀ ਝੂਠ ਕਦੀ ਨਾ ਬੋਲੋ। ਤੋ ਇਹਨਾਂ ਦੀ ਤਿਆਰੀ ਕੈਂਸਲ, ਧਰਨਾ ਖਤਮ, ਤਬਦੀਲੀ ਆ ਗਈ, ਅੱਲਾ ਹੀ ਖੈਰ ਕਰੇ ਸੀ, ਭਾਵੇਂ ਤਈਓ ਮੁਲਕ ਵਿਕ ਗਿਆ। ਬਾਬਾ ਟੁਰਨ ਦੀ ਤਰਤੀਬ ਕਿਆ? ਅੱਗੇ ਅੱਗੇ ਮੁਹੰਮਦ ਮੁਸਤਫਾ, ਹੁਸੈਨ ਬਾਦਸ਼ਾਹ ਕੁਹਾਂ ਨਾਲ, ਹਸਨ ਬਾਦਸ਼ਾਹ ਕੁੰਗੇ ਨਾਲ, ਅੱਗੇ ਮੁਹੰਮਦ, ਪਿੱਛੇ ਮੇਰੀ ਸੈਣ, ਪਿੱਛੇ ਅਲੀ ਬਾਦਸ਼ਾਹ, ਇਹ ਟੁਰਨ ਦੀ ਤਰਤੀਬ ਕਹਿੰਦੀ, ਜਿਹਨਾਂ ਸਾਕੂ ਸ਼ਰੀਅਤ ਦੱਸੀ, ਜਿਹਨਾਂ ਸਾਕੂ ਸ਼ਰੀਅਤ ਸਮਝਾਈ, ਜਿਹਨਾਂ ਦੀ ਸ਼ਰੀਅਤ 'ਤੇ ਅਸਾਂ ਅਮਲ ਕਰਦੇ ਹਾਂ। ਅਗਲੀ ਗੱਲ, ਮੈਂ ਜ਼ਮਾਨੇ ਦਾ ਰਿਵਾਜ ਆਖ ਸਕਦਾ, ਬਾਬਾ ਸ਼ਰੀਅਤ ਨਾ ਆਖ ਸਕਦਾ। ਜ਼ਮਾਨੇ ਦਾ ਰਿਵਾਜ ਕਿਆ ਹੈ? ਹਮੇਸ਼ਾ ਮਰਦ ਕੋ ਟੁਰੇ, ਮਸਤੂਰ ਪਿੱਛੋਂ ਟੁਰੇ। ਅੱਲਾ ਦਾ ਹੁਕਮ ਕਿਵੇਂ? ਅੱਗੇ ਮੁਹੰਮਦ, ਪਿੱਛੇ ਮੇਰੀ ਸੈਣ, ਪਿੱਛੇ ਅਲੀ ਬਾਦਸ਼ਾਹ। ਜੇ ਕੋਈ ਜਾਂ ਸਮਝ ਨਹੀਂ, ਪਹਿਲਾ ਕਦਮ ਮੁਹੰਮਦ ਦਾ, ਉੱਤੇ ਕਦਮ ਮੇਰੀ ਸੈਣ ਦਾ, ਉੱਤੇ ਕਦਮ ਅਲੀ ਬਾਦਸ਼ਾਹ ਦਾ। ਜੇ ਬੋਲੇ ਤਾਂ ਸਈਅਦ ਤੇਰੀ ਧਰਤੀ 'ਤੇ ਲਫ਼ਜ਼ ਬਹੁੰਡਾ ਆਖਣ ਲੱਗੇ, ਮੈਂ ਆਦਰ ਆਉਂਦਾ ਜਿਹਦੇ ਪੇਰਾਂ ਦੇ ਪਰਜਾਂ ਦੀ ਹਿਫਾਜ਼ਤ ਨਬੂਵਤ ਔਰ ਇਮਾਮਤ ਕਰੇ, ਉਹ ਕੋ ਬਤੂਲ ਆ ਦੇ। ਖੈਰ ਹੋਵੇ, ਖੈਰ ਹੋਵੇ ਨਾ, ਹੱਥਾਂ ਦੀ ਜਵਾਨੀ ਹੋ, ਹੱਥ ਬੁਲੰਦ ਕਰਕੇ ਹਾਏਦਰੀ। ਈਸਾਈਆਂ ਦੀ ਜ਼ਿੱਦ ਕਿਆ ਹੋਈ? ਈਸਾਈਆਂ ਦੀ ਜ਼ਿੱਦ ਦੋ ਲਫ਼ਜ਼ ਬਕਾਏ ਫਜ਼ਾਇਲ। ਈਸਾਈਆਂ ਦੀ ਜ਼ਿੱਦ ਆਈ, ਬਾਬਾ ਜਾ ਈਸਾ ਅੱਲਾ ਏ, ਜਾ ਅੱਲਾ ਦਾ ਬੇਟਾ ਹੈ, ਇਹ ਹੈ ਈਸਾਈਆਂ ਦੀ ਜ਼ਿੱਦ। ਤੁਹਾਡਾ ਮਜਲੇ ਸੀ ਜਾ ਵੰਜਣ ਦੀ ਕਸਮ, ਜਿਨ੍ਹਾਂ ਦਾ ਜ਼ਿਕਰ ਕਰੇ ਦੱਖਣ ਉਹਨਾਂ ਦੀ ਅਜ਼ਮਤ ਦੀ ਕਸਮ, ਅੱਬਾਸ ਦਾ ਅਲਮ ਦਾ ਕਸਮ, ਏਡੀ ਵੱਡੀ ਕਸਮ ਚ ਆ ਕੇ ਆਦਾ ਪਿਆ ਈਸਾਈਆਂ ਦੀ, ਬਾਬਾ ਜੀ ਜ਼ਿੱਦ ਮੁੱਕ ਗਈ। ਅਜਣ ਹਸਨ ਤੇ ਹੁਸੈਨ ਬੋਲੇ ਵੀ ਕੋਈ ਨੇ, ਜਿਹੜਾ ਈਸਾਈਆਂ ਦੀ ਦੀਦ ਹਸਨ ਤੇ ਹੁਸੈਨ ਤੇ ਪਈ, ਹਿਕ ਬੈ ਦੇ ਕਰੀਬ ਆ ਕੇ ਧੀਮੇ ਧੀਮੇ ਲੈ ਜੇ ਨਾਲ ਆਪਣੇ ਆਪ ਕੋ ਖੜਿਆ ਦੇਣ, ਅਗਰ ਅੱਲਾਹ ਦੇ ਬੇਟੇ ਇਹ ਨਹੀਂ ਹੋ ਸਕਦੇ ਤਾਂ ਈਸਾ ਕਿਵੇਂ ਹੋ ਸਕਦੇ? ਮਿਹਰਬਾਨੀ ਬਾਬਾ ਜੀ, ਮਕਸਦ ਹੀ ਮੇਰਾ ਪੂਰਾ ਹੋ ਗਿਆ, ਦੁਆ ਮੈਂ ਇੱਕ ਵਾਰ ਸੁਣੇ, ਮੇਰੀ ਸੈਣ ਖੁਤਬਾ ਪੜਾ, ਬਸ ਆਖ ਲਾ ਫਜ਼ਲਾ, ਮੇਰੀ ਸੈਣ ਖੁਤਬਾ ਪੜਾ। ਖੁਤਬੇ ਦੇ ਬਾਅਦ ਬੀਬੀ ਥੋੜ੍ਹੀ ਜਿਹੀ ਮਿੱਟੀ ਚਈ, ਮਿੱਟੀ ਰੱਖੀ ਹਥੇਲੀ 'ਤੇ, ਬੀਬੀ ਫਰਮਾਇੰਦੀ ਹੈ ਦੱਸਾ ਉਹ ਕਿਆ ਹੈ? ਉਹਨਾਂ ਕੀ ਬੀਬੀ ਇਹ ਖਾ ਕੇ, ਇਹ ਰੇਤ ਏ, ਇਹ ਮਿੱਟੀ ਹੈ। ਬੀਬੀ ਆਦੀ, ਅਗਰ ਇੱਕ ਖਾਕ ਤਸਲੀਮ ਕਰ ਗਏ ਹੋ ਤਾਂ ਮਨ ਵਜੋ ਮੇਰਾ ਬਾਬਾ ਸੱਚਾ ਹੈ। ਇਹਨਾਂ ਕੇ ਬੀਬੀ ਕੋਈ ਦਲੀਲ ਤਾਂ ਨਹੀਂ ਜੋ ਤੁਸੀਂ ਗਾਹਕ ਰੱਖੀ ਹਥੇਲੀ 'ਤੇ, ਫਰਮਾਇੰਦੇ ਪਏ ਮਨ ਵਜੋ ਮੇਰਾ ਬਾਬਾ ਸੱਚ ਹੈ। ਬੀਬੀ ਆਦੀ, ਯਾਦ ਰੱਖੋ, ਤੁਹਾਡਾ ਈਸਾ ਇਹ ਖਾਕ ਹਥੇਲੀ 'ਤੇ ਰੱਖ ਕੇ ਅਗਰ ਇਸ ਖਾਕ ਨੂੰ ਫੂਕ ਮਾਰੇ ਹਾਂ ਤਾਂ ਕਿਆ ਬਣਦਾ? ਉਹਨਾਂ ਕੇ ਬੀਬੀ ਪਰਿੰਦੇ ਬਣਦੇ ਹਨ ਜਿਹੜੇ ਹਵਾ 'ਚ ਪਰਵਾਸ ਕਰਦੇ ਹਨ। ਸੈਯਦਾਂ,
تیرے مہمان حسین دا ذاکر بھیڑ تے بھیرا دا زوار اگر حقدار ہواں تے سید دا حق تو نہ رکھے جنہ سیداں دا حق رکھے جیڑا کم انہاں نال تھیندا پے تو بہتر جان دے سیداں اگر حقدار ہواں تے سید دے حق دی دعا ضرور کرے بیبیاں تے یاد رکھو اگر تہاڈا عیسیٰ اس خاک نو خوب مارے تو پرندے پڑ دین اگر اس خاک نو میں خوب مارا تا عیسیٰ پڑ سی جوانی ہو بلا ہوئے انہاں کے بی بی سمان گئے تو سچے تہاڈے بچڑے سچے تہاڈے شوہر سچا تہاڈے بابا سچا بس میں اتوں ہوں مسائب شروع کرنے لگا کیونکہ میرا ایک بابا آخری رنگ ہے پہ میں ترتیب مطابق نال پڑھن دا دیا انہوں کا ایک پادری ہے تاریخ والے کا نام لکھ دین شامون اس کی ایک بیٹی ہے جن کی عمر ہے 16 سال ان کا نام لکھ دین بابا رحیلا اللہ واسطے میری محنت ضائع نہ ہو جائے تاریخ والے کا نام لکھ دین بابا رحیلا ان کی عمر ہے 16 سال یہ دھی دے کول آ کے آدھے میری دھی ان سائیاں تے سوال کر تحفے کٹھے کر تحفے دیو محمد دی دھی کو میں چاہتا جو محمد دی دھی اج خالی نہ ونجے شاباش جنہ ہے کیتی علی دی دھی راضی جی بابا نا دو بندہ ہے کیتی کچھ رو پے چلو تیری ہائے کو دیکھ کے بابا جی لفظ آدھا پیو دے کو ہت بن کے آدھی بابا تو پیو ہے میں دھی ہاں بابا تیرے انہیں میں سوال کراں آدھے میری دھی میں نہ دا پادریاں کچھ میرے دوست ہیں کچھ میرے دشمن ہیں اگر میں سوال کراں جڑے دوست ہیں وہ خالی نہ ولے سن جڑے دشمن ہیں ہو سکتے میں کو خالی ولاون جڑا بندہ اجن تک ہے نہیں کر سکا دھی تو اشارہ کر کے آدھے اگر تو سوال کریں تے کو کوئی خالی نہ ولے سی جو دھی کو دشمنی خالی نہیں ولے واہ 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 جنا ہے کیتی علی دی دھی رالی اتنی گرمی جنا ہے کیتی بھلا ہو اچھا بابا اچھا بابا میری نوکری جی میری نوکری دھی کو تو دشمنی خالی نہیں ولے کیتا سوار رہیلا خالی نہ ولایا عیسائیاں بڑے تحفے کٹھے کیتے چار حصوں دے وچ تحفے تقسیم کیتے چار حصے بنائے این طریقے نال بابا جی چار حصے بنا کے بی بی دے کول آ بیٹھی قدمن تلے تحفے رکھ کے ہاتھ بن کے دی بی بی اسا من گئے تسا سچے ہو بی بی تحفے قبول کرو نالے سارے حق کی دعا کرو جج اسا تیری چٹی ڈاڑی دی قسم میں پہلی گان چیسی بسم اللہ بی بی اے تحفے تو آڈن دو جی گان بسم اللہ بی بی اے تحفے تیرے بابے دن تری جی گان بسم اللہ بی بی اے تحفے تیرے شوہر دن چوتھی گان بسم اللہ بی بی اے تحفے تیرے حسن دن بی بی آدھی بس رحیل آدھی بس جڑا بندہ اجان تک ہائے نہیں کر سنگا بی بی چھڈا صاحب ہر کیا دیے کیا انہاں تحفے چ میرے حسین دا حصہ کوئی نہیں ہاتھ بن کے آدھے نہیں بی بی نہ تحفے تیرے حسین دا حصہ کوئی نہیں بی بی آدھے وجہ پوچھنگ نہیں وجہ کیا ہے ہر کہیں تحفہ کی نہیں میرے حسین دا تحفہ کیوں نہیں بھی آتا آدھی بی بی جس ٹائم دا میں حسین کو ڈٹھے میں کو حسین نال محبت اتنی ہو گئی میں کو حسین نال پیار اتنا ہو گئے میرا دل ہے جو حسین میرے کو کچھ منگے تے میں حسین کو کچھ دے منگن دا نام ہے بی بی آدھی میرا حسین منگن والا نہیں میرا حسین دے والا ہے
ਤੇ ਤੂੰ ਵੀ ਕਹਿੰਦੀ ਧੀ ਹੈ। ਅਗਰ ਧੀ ਥੀ ਕੇ ਸਵਾਲ ਕੀਤਾ ਹੀ ਮੈਂ ਤੇ ਗੁਖਾਲੀ ਨਾ ਵਲੈਂਦੀ, ਜਿਹੜਾ ਬੰਦਾ ਅੱਜਣ ਤੱਕ ਹੈ ਨਹੀਂ ਕਰ ਸਕਾਂ। ਬੀਬੀ ਆਦੀ ਅੱਜ ਮੇਰਾ ਹੁਸੈਨ ਕੁਝ ਨਹੀਂ ਮੰਗਦਾ, ਕੁਝ ਅਰਸੇ ਬਾਅਦ ਮੇਰਾ ਇਹੋ ਹੁਸੈਨ ਤੇਰੇ ਕੰਨੋਂ ਕਫਨ ਮੰਗਸੀ। ਵਾਹ ਵਾਹ, ਜਿਹਨਾਂ ਲਫ਼ਜ਼ਾਂ ਦੀ ਕਦਰ ਕੀਤੀ ਹੈ ਭਲਾ ਹੋਵੀ ਅਲੀ ਅਬੀ ਮਾਫ ਨਸੀਬ ਸਾਹਿਬਾ। ਜਵਾਨੀ ਜਵਾਨੀ, ਅੱਛਾ ਬਾਬਾ, ਅੱਛਾ ਬਾਬਾ, ਅੱਛਾ ਮੈਂ ਲੱਗ ਦਵਾ ਨੌਕਰਾਂ ਬਾਬਾ, ਨੌਕਰਾਂ ਸੈਦ, ਨੌਕਰਾਂ ਨੌਕਰਾਂ ਸੈਦ, ਨੌਕਰਾਂ ਨੌਕਰਾਂ। ਕੁਝ ਅਰਸੇ ਬਾਅਦ ਮੇਰੇ ਇਹੋ ਹੁਸੈਨ ਤੇਰੇ ਕੰਨੋਂ ਕਫਨ ਮੰਗਸੀ। ਮੈਂ ਕੋ ਤੇਰੇ ਰੋਵਣ ਵਾਲੀ ਅੱਖ ਦੀ ਕਸਮੇਂ ਬਾਬਾ, ਤੇਰੇ ਮਾਤਮ ਵਾਲੇ ਹੱਥ ਦੀ ਕਸਮੇਂ, ਅੱਬਾਸ ਦੇ ਅਲਮ ਦੀ ਕਸਮੇਂ, ਕਫਨ ਦਾ ਨਾਮ ਹੈ। ਅੱਜ ਇਤਨੇ ਅਰਸੇ ਬਾਅਦ ਤੁਸਾਂ ਮੇਰੀ ਜ਼ੁਬਾਨ ਸੁਣ ਕੇ ਇਤਨੇ ਰੁਨੇ ਹੋ। ਅਸਾਂ ਵੀ ਹੁਸੈਨ ਨਾਲ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ ਬਾਈ ਜਾਨ, ਤਾਂ ਇਹ ਲਫ਼ਜ਼ ਕਫਨ ਦਾ ਸੁਣ ਕੇ ਤੁਸੀਂ ਰੁਨੇ ਹੋ। ਅਤੇ ਜਿਹੜੀ ਬੈਠੀ ਹੁਸੈਨ ਦੇ ਸਾਹਮਣੇ ਆਈ ਅਤੇ ਹੁਸੈਨ ਨਾਲ ਪਿਆਰ ਇਤਨਾ ਕਰਦੀ ਆਈ ਅਤੇ ਪਹਿਲਾਂ ਪਹਿਲਾਂ ਉਹਦਾ ਤੋਹਫ਼ਾ ਹੋਈ ਅਤੇ ਉਹ ਬੀਬੀ ਕਫਨ ਪਈ ਮੰਗਦੀ ਹੈ, ਉਹ ਨਰੁਨੀਓ ਸੀ। ਲਾਹੌਰ ਦੀ ਮਲਕਾ ਤਾਕਤ ਰਵੇਂ, ਮੇਰੀ ਸਹਿਣ ਜੁਰਤ ਰਵੇਂ, ਮੈਂ ਉਹ ਲਫ਼ਜ਼ ਇਤਨੇ ਅਸਰ ਨਾਲ ਸਮਝਾਵਾਂ ਜੋ ਹਰ ਆਜ਼ਾਦਾਰ ਦੇ ਮੂੰਹ 'ਚੋਂ ਹੈ ਦੀ ਆਵਾਜ਼ ਸੁਣਾ। ਬਾਬਾ ਕਫਨ ਦਾ ਨਾਮ ਹੈ, ਰਹੀਲਾ ਹੱਥ ਬੰਨ ਕੇ ਆਦੀ ਬੀਬੀ, ਅਗਰ ਕਫਨ ਜ਼ਿੰਮੇ ਲਾਵਣਾ ਹਾਵੀ ਤਾਂ ਕਹਿ ਮੁਸਲਮਾਨ ਦੇ ਜ਼ਿੰਮੇ ਲਾਵੇ ਹਾ। ਜੈ ਹਾਇ ਕੀ ਦੀ ਤੇਰਾ ਭਲਾ ਹੋਵੇ, ਜੈ ਮਾਤਮ ਕੀਤੇ ਅਲੀ ਦੀ ਧੀ ਰਾਜ਼ੀ ਹੋਵੀ। ਸ਼ਾਬਾਸ਼ 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 ਜਵਾਨੀ ਮੁਹੰਮਦ ਦੀ ਇਤਨੀ ਰੁਨੀ ਜ਼ਮੀਨ ਪੁੱਛਣ ਲੱਗ ਗਈ, ਰਹੀ ਲਾਦਾ ਜਿਸਮ ਕੰਬਾ, ਹੱਥ ਬਨ ਕੇ ਦੇ ਬੀਬੀ ਮੈਂ ਲਫ਼ਜ਼ ਮੁਸਲਮਾਨ ਆਖੇ। ਬੀਬੀ ਮੈਂ ਉਹਨਾਂ ਦਾ ਨਾਂ ਚਾਹੇ ਜਿਹੜੇ ਤੇਰੇ ਪਿਓ ਦੀ ਜ਼ਾਤ ਤੇ ਕਲਮਾ ਪੜ੍ਹਦੇ ਨੇ। ਬੀਬੀ ਆਦੀ ਜ਼ਿਆਦਾ ਨਰਵਾ ਇਨਸਾਫ਼ ਆਪ ਕਰ, ਜਿਹੜੇ ਮੁਸਲਮਾਨ ਮੇਰੀਆਂ ਧੀਆਂ ਦੀਆਂ ਚਾਦਰਾਂ ਲੁੱਟ ਗਏ ਸਨ, ਮੇਰੇ ਪੁੱਤਰ ਕੋ ਕਫਨ ਦੇ ਸਨ। ਬੀਬੀ ਉਹ ਕਿਹੜਾ ਵਕਤ ਉਹ ਸੀ, ਉਹ ਕਿਹੜੀ ਘੜੀ ਉਹ ਸੀ, ਉਹ ਕਿਹੜਾ ਟਾਈਮ ਉਹ ਸੀ ਜਦੋਂ ਮੇਰੇ ਘਰੋਂ ਹੁਸੈਨ ਕਫਨ ਮੰਗਸ। ਬੀਬੀ ਆਦੀ ਇਸ ਕਫਨ ਦੇ ਬਦਲੇ ਮੁਹੰਮਦ ਦੀ ਧੀ ਹੋ ਕੇ ਦੁਆ ਪੇ ਕਰਦੀਆਂ, ਤੂੰ ਬਹੁਤ ਬੜੀ ਤਾਜਰਾ ਬਣ ਸੀ। ਕਿਤਨੇ ਮੁਲਕ ਹੋ ਸਨ ਜਿਹੜੇ ਤੇਰੇ ਮਕਰੂਜ਼ ਹੋ ਸਨ, ਲੇਕਿਨ ਯਾਦ ਰੱਖੇ ਜਿਹਦੀ ਵੱਡੀ ਤਾਜਰਾ ਬਣੇ ਮੇਰੇ ਹੁਸੈਨ ਦਾ ਕਫਨ ਨਾ ਬੋਲਾਂ। ਵੱਤ ਵੀ ਪਰੇਸ਼ਾਨ ਥੀਵਣ ਲੱਗੀ, ਬੀਬੀ ਆਦੀ ਪਰੇਸ਼ਾਨ ਨਹੀਂ ਆ, ਮੈਂ ਤੇ ਕੋ ਹੁਸੈਨ ਦੀ ਪਹਿਚਾਣ ਕਰਾਵਾਂ। ਬੀਬੀ ਹੁਸੈਨ ਕੋ ਝੋਲੀ ਮਿਲਾਇਆ, ਆਪਣੀ ਚਾਦਰ ਨਾਲ ਬੀਬੀ ਹੁਸੈਨ ਦਾ ਚਿਹਰਾ ਛੁਪਾਇਆ। ਲਫ਼ਜ਼ ਲਫ਼ਜ਼ ਦਾ ਮੈਂ ਸਹੀ ਅਜ਼ਾ ਮਿਲਾਂ, ਚਿਹਰਾ ਛੁਪਾ ਕੇ ਅੱਲਾ ਵਾਸਤੇ ਜੋ ਲਫ਼ਜ਼ ਮੇਰਾ ਹੌਸਲੇ ਨਾਲ ਸੁਣ ਸੋ, ਚਿਹਰਾ ਛੁਪਾ ਕੇ ਬੀਬੀ ਆਦੀ ਕਰੀਬਾ, ਰਹੀਲਾ ਕਰੀਬ ਆਈ। ਬੀਬੀ ਆਦੀ ਪਹਿਲੇ ਪਹਿਲੇ ਮੇਰੇ ਹੁਸੈਨ ਦਾ ਇਹ ਹੱਥ ਦੇਖ, ਰਹੀਲਾ ਡਿੱਠੇ, ਬੀਬੀ ਆਦੀ ਗੌਰ ਨਾਲ ਦੇਖ, ਰਹੀਲਾ ਦੀ ਬੀਬੀ ਮੈਂ ਗੌਰ ਨਾਲ ਡਿੱਠੇ। ਬੀਬੀ ਆਦੀ ਯਾਦ ਰੱਖੇ ਅਗਰ ਗੌਰ ਨਾਲ ਡਿੱਠੀ ਦੱਸਾਂ ਉਂਗਲੀ ਕਿਤਨੇ ਹਨ, ਰਹੀਲਾ ਦੀ ਬੀਬੀ ਪੰਜ, ਬੀਬੀ ਆਦੀ ਯਾਦ ਰੱਖੇ ਇਹ ਚਾਰ ਹੁਸੈਨ ਜੇ ਸਮਝਿਓ ਹੈ ਕੀਤੀ, ਜੇ ਸਮਝਿਓ ਮਾਤਮ ਕੀਤਾ। ਮੈਂ ਪਹਿਲੇ ਕਿ ਇਤਨੀ ਗਰਮੀ ਤੇਰਾ ਬਹਿ ਵੰਜਣਾ ਇਬਾਦਤ ਹੈ, ਤੇਰਾ ਸਾਹ ਗਿਰਣਾ ਵੀ ਮਾਂ ਕੋ ਨਸੀਬ ਹੋਵੇ। ਬੀਬੀ ਆਦੀ ਮੇਰੇ ਹੁਸੈਨ ਦੇ ਬਾਜ਼ੂ ਦੇਖ, ਮੇਰੇ ਹੁਸੈਨ ਦਾ ਵਜੂਦ ਦੇਖ, ਮੇਰੇ ਹੁਸੈਨ ਦੇ ਪੇਰ ਦੇਖ, ਜਿਹੜਾ ਮੋਮਿਨ ਆਦੇ ਮੇਰੇ ਦਿਲ 'ਚ ਕਬਰ ਹੁਸੈਨ ਹੈ। ਆਉਂਦੇ ਮਜਲਿਸੀ ਚਾਂ ਇਤਨੀ ਗਰਮੀ 'ਚ ਬਾਂਦਾ ਹਾਂ, ਜ਼ਾਕਿਰ ਦੇ ਲਫ਼ਜ਼ ਦੀ ਸਮਝ ਆਉਂਦੀ ਹੈ, ਅੱਲਾਹ ਜਾਣੇ ਮੇਰੇ ਮੂੰਹ 'ਚੋਂ ਹਾਏ ਕਿਉਂ ਨਹੀਂ ਨਿਕਲਦੀ। ਬਾਈ ਜਾਨ ਇਤਨੇ ਮਜਮੇ 'ਚੋਂ ਮੂਮਨ ਦੇਖਣਾ ਚਾਹੁੰਦਾ, ਜਦਾਂ ਕਿ ਨਾ ਪਹਿਚਾਣ ਕਰ, ਰਹੀਲਾ ਹੱਥ ਬਣ ਕੇ ਆਦੀ ਬੀਬੀ, ਹਮੇਸ਼ਾ ਪਹਿਚਾਣ ਚਿਹਰਾ ਹੈ, ਚਿਹਰਾ ਛੁਪੈਂਦੇ ਹੋ ਹੱਥ ਨਹੀਂ ਕਹਿੰਦੇ ਹੋ। ਬੀਬੀ ਆਦੀ ਨਾ ਰੁਆ, ਜਦੋਂ ਤੈ ਹੁਸੈਨ ਦੇ ਕਰੀਬ ਆਉਣੇ, ਹੁਸੈਨ ਦਾ ਨਾਲ ਸਰ ਕੋਈ ਨਹੀਂ ਆਉਣਾ, ਮੇਰੇ ਬਚਣ ਦੀ ਰਾਹ ਹੁੰਦੇ ਬਈ ਆਉਣੀ ਹੈ। ਸ਼ਾਬਾਸ਼ ਹੌਸਲਾ ਬਾਬਾ, ਹੌਸਲਾ ਬਾਬਾ, ਹੌਸਲਾ ਬਾਬਾ, ਅੱਲਾ ਰਾਜ਼ੀ ਹੋਵੇ ਜਿਹਨਾਂ ਮਾਤਮ ਕੀਤੇ। ਅੱਛਾ ਅੱਛਾ ਬਾਬਾ, ਮੇਰੀ ਨਾ ਮੇਰੀ ਨੌਕਰੀ ਹੈ ਜਵਾਨੀ, ਮੇਰੀ ਨੌਕਰੀ ਹੈ ਜਵਾਨੀ, ਮੇਰੀ ਨੌਕਰੀ ਹੈ।
بس مل گیا عزا میں راضیاں اتنی گرمی دے وچ نوکر ہو نوکر اچھا میں لگدا جڑا تائیں حسین دے کری آونے حسین نال سر کوئی نہیں آونا بس ختم رہیلا رونی بی بی رونی رہیلا ٹر گئی بی بی ٹر گئی رہیلا دی شادی ہو گئی رہیلا دا بیٹا جمع اندے وڈے پتر دا نام ہے عبدل مسیح جیڑا ماں دے نال تجارت دے کاروبار تے ونجیا میری سین دی دعا نالے بہت بڑی تاجرہ بنی کتنے ملک ہیں جڑے نے مقروض ہیں اگر تو اتنی گرمی چ قدر نہ کریندا تے میں لو چھوڑ دے وہاں جے تے قدر کیتی لو چھوڑا نہیں بابا کہیں ملک تے ونجیا جے دا قیمتی سامان ہوے رہیلا کدے مڑ کے ڈٹھا کوئی نہیں نوکر چاویں ہاں جا پوتر چاویں نہ حسین دا کفن آپ ہاں نہ لاوے کفن ہاں نہ لا کے مدینے والے پاسے منہ کر کے آخیا بی بی تو سچی تیرے بچڑے سچے تیرا شوہر سچا تیرا بابا سچا انتظار چاہ حسین کفن منگے میں کفن دیما بس انو حسین تے دکھ شروع پہلا دکھ نانا ٹر گیا نانے کو روندا ودا ماں دا پاسا زخمی ماں کو روندا ودا بابے کو ضرب لگ گئی بابے کو روندا ودا حسن نے میا دی تیر لگے تیراں کو روندا ودا ہا غریب دا امت کو وطن تے وسن پسند نا سیداں تیرا مہمان حسین دا ذاکراں ترائے دفعہ دا بھین تے بھرا دا زواراں ڈاڑی تھی گئے واپس ولا یہ ہاتھ بدی کھڑا پہلے وین تے رون نہ آوے پورے مضمون وچ منت نہیں کیتی اتنی ہائے کریں تیری ہائے دی آواز قریب والا مومن سن گئے 28 رجب غریب تو مدینہ چھٹے رہیلا تو وطن چھٹے بابا جی مکے آئے ہیں حاج کہے نہیں پڑھ دیتا دون کربلا پہنچے چیوی دی جیگر پلی دیا دیا دا پانی باندھی رہی ستویں داری اعلان 3000 فوج دا دستا گئے ہر کے سنے اکبر دے بابے سنے وانتے لاؤن 20000 فوج آ گئی ہر کے سنے اکبر دے بابے سنے وانتے لاؤن 3000 فوج دا دستا گئے جڑے کڑیاں جوان بیچو 3000 دا نام ہے حسین دے آلیا بھیڑ دا اللہ 3000 فوج جو میرے اکبر دا قاتل آ گئے نامیں دری رہیلا سفر چ دہویں دی رات اوکھی رات سوکھی رات جڑے بزرگ بیٹھے میرے سامنے بزرگ ذاکر پڑھدے ہیں جڑے قبریں سامنے صدقے میلے دمالے کنند درجات بلند کرے او پردے راندھے نامی دی رات تری اوکی رات حسین جن صابر چار سے تقسیم کی دی جائے کڑیاں جوان بیچو نامی دی رات ابھی اتریے بھینا کھولا کہ جن حسین سادے اکبر بھلا کزان سناوے اب پردادار میری امامت بھینا اکبر آکے اللہ اللہ کرے میں پڑھ گیا تے جوان برداشت کر گیا میں پڑھ گیا تے جوان جی جی آئے ونجنی اکبر اذان مکئی حسین جماعت کرے رہیلا سفر چ داویں دری چڑھ پیا رہیلا سفر چ
کربلا دے میدان شہیداں جو پہلا شہید شہزادے اکبر جے کو برچی لگی تے علی دیاں دیاں پتھراں دا ماتم کیتا ہن میں مسائل شروع کرن لگا جڑے ماتمی جوان ہو اجا اکبر قرات کرے رونیاں شبیر قاسم دے ٹکڑے جوڑ کے بھی آیا اجا قاسم قرات کرے رونیاں شبیر مہماناں دے ناں دے وین کی دے اجا مہماناں قرات کرے رونیاں شبیر یو جو وین کی دے جو ہر پردادار اپنی چادر سنبھالیے سیدو یاد کے مر درا کیا دلو جو میں غریب میرا غازی رہ گئے آج میری کمر ٹوٹ گئی ہے میری دین سب کے جوان تھوڑا مائک دا آواز میں دے سے بھائی اللہ رحمت سیداں بڑے حوصلے نال یو لفظ آکھنا چاہنا بابا جی آخری قربانی کہندی بول کے جواب دیو شہزادہ علی اصغر حسین بادشاہ دا فرمان میڈا زوار 40 دی جو دعا منگسی میں پوری کرے سن ڈاڈی تھی گین بھین تے بھیرا دی نگری چ واپس ولے ہوئے جتنے بے اولاد جھولی پھیلا تو خالی اٹھی گیوں میں لاہور دی ملکہ کنو بہ کے پنہ کی ہوئے تھوڑی جہی علی اصغر دی غربت سنانا چاہنا بابا میں سمجھا کے پڑھ گیا میرے حصے نکریے کہیں ہو ایسی چاچا سی اکبر کو بچی لگی شبیر بچی چھکی دے لگ دی تھی نا قاسم دے ٹکڑے کٹھے کی دے نے تھی جن جن جیسا اپال دے پاجو چین اس کلام تھی جن جن جیسا اور جوانو علی اصغر ایڈا غریبے جیدا تیر پیوان دا نہیں تھے بچنے کو لگ دا نہیں تھے علی اصغر کو دیروں ویلے لگے جن شبیر بچنے دا محبیا جمدا سیدہ دے باپے دی غربت دے راج نہ تھی میں میں نہ بولی بس ختم شبیر کچھ کیا تیرے علاج سفر اکبر دیا پھوپیا ماوا زیور پا تیرے علاج سفر سکیاں بھیڑا نوین ہگری اجازت ملی رہیلا سفر چ بھیڑا دور گیاں دے رہیلا کربلا پہنچی میں تیری انتظار مقام لگا جوانی ہوئی پتر والے پاس لے کے دے مامل بلا خیمے لا ایتھا کوئی وڈا تاج رے بابا جی مامل بہ گئے خیمے لا کے دے میرا سونا بکڑا میں خیمے دے انتظار کرے لیا ونج وڈے تاج نال گل کر ضعیفہ ماں دی ترے گل یاد رکھے ایک وڈے تاج نال قیمت اے نہ کرے بیا اکھ جکھ نہ پاوے پیو چن بولے جو منگے تلے دے ویا آدے ماں گرمی ڈاڈی آنکھے دلیل ہنے وا آدے میرا سونا بچڑا مت وڈا تاجر ساری دلا نہ کرے چاچا سہی رہیلا دا پتا دوریا او جوانی ہوئی تھوڑی جے دیر مجھے رہیلا گال گیا رہیلا دے پتا دا ماما کھول کے گال چایا ہویا پیرے نلے کوئی نہیں ماں دے کولا کھڑے ہو باپ پتا دے گل جما پا کے اج رو نہیں اللہ دے لو لوٹے رہو دے نا لوٹ کی جنے بھیا نہیں کتنے مول کھنجنے میرے مکروڑے اگر وڈے تاجر جنا بھی گئی میں گناہ اللہ میں وڈے تاجر نال گل کر لیا او جوان ماں دے قدماں تے جھڑ پے ماں دے کو ہاتھ مل گیا دے ماں بلا وڈا تاجر نہ سنے او اے دا غریب اے ہن کفانی کو صدقے جماری ہوگی بھیڑا نصیب ہوئے بھیڑا نصیب سیدہ نے میں کو سنیا حوصلے لال سیدہ نے میں کو سنیا میں وہ حسین آؤ آدھے مولا کلمہ پڑھاؤ کلمہ
نوکر تھوڑا مہک دا آواز دے تے ڈبل آواز کر، اے پاک ممبر گواہ ہے، ایتھے چھوڑ ونجا ہا اگر انہاں بچاں دا اتنا گریہ نہ ہوندا، او وین سنے نا جڑا وین میں کو بھیڑ دے میرا عطا کیتا، جڑا وین تو سننا چاہنے بابا جی رحیلا کوشش کیتی ہے جو غریب کو تحفہ پواواں، غریب دی لاش تڑپی ہے، رو گیا جنا کفن پاوا میں بے کس پا، یا منت غریب تے لائی وجا میری بھیڑا سگدیا ٹر گئی توڑی تو دا وین سونا بابا اللہ حسن بابا حسن بابا علی دی دھیرا دی ہوئی حسن نام جڑے ہلکے دماغ میں دیو جڑا بندہ جڑ تک رو نہیں سکا میرے پاؤں میں ہاتھ رکھ دیو میرے پاس لے گیا میں تو شملہ